ਬੀਤੇ ਦਿਨੀ ਕੇਕ ਖਾ ਕੇ ਬਿਮਾਰ ਹੋਣ ਉਪਰੰਤ ਹੋਈ ਮੌਤ ਮਾਮਲੇ ਵਿੱਚ ਮਾਨਵੀ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਖੁਲਾਸਾ ਹੋਇਆ ਕਿ ਮਾਨਵੀ ਦੇ ਲਿਵਰ, ਕਿਡਨੀ, ਤਿੱਲੀ ਅਤੇ ਪੇਟ ਵਿੱਚ ਇਨਫੈਕਸ਼ਨ ਨਾਲ ਜ਼ਖਮ ਸਨ, ਜਿਨ੍ਹਾਂ ਵਿੱਚੋਂ ਖੂਨ ਦਾ ਵਹਾਅ ਹੋਇਆ ਸੀ। ਭਾਵੇਂ ਕਿ ਮੌਤ ਦੇ ਅਸਲ ਕਾਰਨ ਦਾ ਸਹੀ ਪਤਾ ਵਿਸਰਾ ਰਿਪੋਰਟ ਆਉਣ ਉਪਰੰਤ ਹੀ ਸਾਹਮਣੇ ਆਵੇਗਾ, ਪਰੰਤੂ ਫੋਰੈਂਸਿਕ ਮਾਹਰਾਂ ਦਾ ਮੰਨਣਾ ਹੈ ਕਿ ਮੁੱਢਲੇ ਤੱਥਾਂ ਤੋਂ ਲੱਗਦਾ ਹੈ ਕਿ ਮਾਨਵੀ ਦੀ ਮੌਤ ਫੂਡ ਪੁਆਇਜ਼ਨਿੰਗ ਜਾਂ ਇਨਫੈਕਸ਼ਨ ਜ਼ਿਆਦਾ ਵਧਣ ਨਾਲ ਹੋਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਅੰਤਿਮ ਨਿਰਣੈ ਨਹੀਂ ਹੈ, ਕਿਉਂਕਿ ਅਸਲ ਸੱਚ ਪੈਥੋਲੋਜੀ ਵਿਭਾਗ ਵੱਲੋਂ ਆਉਣ ਵਾਲੀ ਰਿਪੋਰਟ ਅਤੇ ਕੈਮੀਕਲ ਦੀ ਜਾਂਚ ਲਈ ਖਰੜ ਲੈਬੋਰੇਟਰੀ 'ਚ ਭੇਜੇ ਸੈਂਪਲ ਦੀ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਵੇਗਾ। ਫੋਰੈਂਸਿਕ ਮੈਡੀਸਨ ਵਿਭਾਗ ਰਜਿੰਦਰਾ ਹਸਪਤਾਲ ਵੱਲੋਂ 25 ਮਾਰਚ ਨੂੰ ਮਾਨਵੀ ਦਾ ਪੋਸਟਮਾਰਟਮ ਕੀਤਾ ਗਿਆ ਸੀ, ਜਿਸ ਦੌਰਾਨ ਫੋਰੈਂਸਿਕ ਦੀ ਪੋਸਟਮਾਰਟਮ ਰਿਪੋਰਟ ਅਨੁਸਾਰ ਮਾਨਵੀ ਦੇ ਅੰਦਰੂਨੀ ਅੰਗ ਜ਼ਿਆਦਾ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚ ਲਿਵਰ, ਕਿਡਨੀ, ਛੋਟੀ ਵੱਡੀ ਆਂਤੜੀਆਂ, ਫੇਫੜੇ ਸਣੇ ਕਈ ਅੰਗਾਂ 'ਚ ਗੈਸ ਅਤੇ ਤੇਜ਼ਾਬੀ ਪਦਾਰਥਾਂ ਦਾ ਪਾਇਆ ਜਾਣਾ ਸਾਹਮਣੇ ਆਇਆ ਹੈ। ਵਿਭਾਗ ਵੱਲੋਂ ਜਾਰੀ ਕੀਤੀ ਗਈ ਪੋਸਟਮਾਰਟਮ ਰਿਪੋਰਟ ਦੀ ਕਾਪੀ ਬੁੱਧਵਾਰ ਨੂੰ ਮੀਡੀਆ ਵਿੱਚ ਵੀ ਵਾਇਰਲ ਹੋ ਗਈ। ਜ਼ਿਕਰਯੋਗ ਹੈ ਕਿ ਅਮਨ ਨਗਰ ਦੇ ਰਹਿਣ ਵਾਲੇ 10 ਸਾਲਾ ਮਾਨਵੀ ਦੇ ਜਨਮ ਦਿਨ ਮੌਕੇ 24 ਮਾਰਚ ਨੂੰ ਆਨਲਾਈਨ ਕੇਕ ਆਰਡਰ ਕੀਤਾ ਗਿਆ ਸੀ ਅਤੇ ਜਨਮ ਦਿਨ ਮਨਾਉਣ ਮੌਕੇ ਕੇਕ ਖਾਣ ਤੋਂ ਕੁਝ ਸਮੇਂ ਬਾਅਦ ਮਾਨਵੀ ਅਤੇ ਉਸਦੇ ਪਰਿਵਾਰ ਮੈਂਬਰ ਬੁਰੀ ਤਰ੍ਹਾਂ ਬਿਮਾਰ ਹੋ ਗਏ ਸਨ, ਜਿਨ੍ਹਾਂ ਵਿੱਚੋਂ ਮਾਨਵੀ ਦੀ ਮੌਤ ਹੋ ਗਈ ਸੀ। ਮਾਮਲਾ ਸੁਰਖੀਆਂ ਵਿੱਚ ਆਉਣ ਉਪਰੰਤ ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਇੱਕ ਨਾਮੀ ਬੇਕਰੀ ਤੋਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਸਿਹਤ ਵਿਭਾਗ ਵੱਲੋਂ ਕੇਕ ਅਤੇ ਪੇਸਟਰੀ ਦੇ ਸੈਂਪਲ ਭਰ ਕੇ ਜਾਂਚ ਲਈ ਭੇਜੇ ਗਏ ਹਨ। ਭਾਵੇਂ ਕਿ ਬੇਕਰੀ ਦਾ ਮਾਲਕ ਹਾਲੇ ਫਰਾਰ ਹੈ ਅਤੇ ਸਿਹਤ ਵਿਭਾਗ ਵੱਲੋਂ ਭਰੇ ਸੈਂਪਲਾਂ ਉੱਤੇ ਵੀ ਸਵਾਲ ਉੱਠ ਰਹੇ ਹਨ ਕਿ ਵਿਭਾਗ ਵੱਲੋਂ ਖਾਣਾ ਪੂਰਤੀ ਲਈ ਕਈ ਦਿਨ ਬਾਅਦ ਤਾਜ਼ਾ ਕੇਕ ਦੇ ਸੈਂਪਲ ਭਰੇ ਗਏ ਹਨ, ਪਰੰਤੂ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਕਾਰਵਾਈ ਅਜੇ ਜਾਰੀ ਹੈ। ਤਾਂ ਵਾਕਈ ਇਹ ਖਬਰ ਹੈਰਾਨ ਕਰਨ ਵਾਲੀ ਹੈ ਅਤੇ ਸਾਨੂੰ ਇਸ ਖਬਰ ਤੋਂ ਸੇਧ ਲੈਣ ਦੀ ਲੋੜ ਹੈ। ਜੋ ਅਸੀਂ ਬਾਹਰਲੇ ਪ੍ਰੋਡਕਟ ਆਨਲਾਈਨ ਆਰਡਰ ਕਰਦੇ ਹਾਂ, ਸਾਨੂੰ ਅਜਿਹੇ ਕੰਮਾਂ ਤੋਂ ਬਚਣਾ ਚਾਹੀਦਾ, ਕਿਉਂਕਿ ਇਸ ਪਰਿਵਾਰ ਨੇ ਆਨਲਾਈਨ ਆਰਡਰ ਕੇਕ ਕੀਤਾ ਸੀ। ਉਸ ਤੋਂ ਬਾਅਦ ਬੱਚੀ ਦੀ ਵੀਡੀਓ ਦੇ ਵਿੱਚ ਵੀ ਤੁਸੀਂ ਸਾਫ਼ ਤੌਰ 'ਤੇ ਦੇਖ ਸਕਦੇ ਹੋ ਕਿ ਬੱਚੀ ਨੇ ਕੇਕ ਖਾਧਾ ਅਤੇ ਕੁਝ ਹੀ ਘੰਟਿਆਂ ਬਾਅਦ ਉਸਦੀ ਮੌਤ ਹੋ ਗਈ। उसका 24 मार्च को बर्थडे था, जब हमने केक खाया ना तो उसको वॉमिटिंग लग गई थी। मम्मी को भी चक्कर आ रहे थे। पूरे घर वालों ने केक खाया था, सभी को ऐसा ही हो रहा था। मेरी बहन का पेट दर्द हो रहा था, उसने मम्मी को बोला भी था कि पापा को बुला दो, पर दीदी बोलते कि उसको लग रहा था कि इसको ऐसे ही होता है, पेट दर्द होने लग गया तो मम्मी कहते चल मैं तेरा पेट दबा देती हूँ। फिर उस मेरी दीदी ने का दीदी का मम्मी का इतनी जोर का कान पट्टिया, इसलिए मम्मी को पता नहीं लगा कि वो इतनी तकलीफ में थी। जब सुबह के 25 तारीख को सुबह 4:30 बजे देखा तो उसकी मौत हो गई।